लुधियाने की केंद्रीय जेल दे विच स्थित पुलिस स्टेशन लाडोवाल के अधीन पैंदे पिंड नवा राजपुर के रहण वाले वसनीक मलकीत सिंह धामी की हस्पताल दे विच मौत हो गई है। वह पिछले कई सालों तो लुधियाना की केंद्रीय जेल विच बंद सी। पिछले दिन ही उन्हां दी अचानक तबीयत खराब होने तो बाद ही उन्हां नूं लुधियाने के हस्पताल लिया गया जिथे उन्हां दी मौत की खबर मिल रही है। ਅਸੀਂ ਆਏ ਜੀ, ਸਾਡੇ ਭਰਾ ਦੀ ਡੈਥ ਹੋ ਗਈ ਆ ਜੇਲ੍ਹ ਦੇ ਵਿੱਚ। ਇਹ ਤੋਂ 5 ਸਾਲ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀ। ਇਹਦੇ 1 ਮਹੀਨਾ ਹੋ ਗਿਆ ਹੈ। ਉਹ ਬਿਮਾਰ ਚੱਲ ਰਿਹਾ ਸੀ, ਉਹਨੇ ਫੋਨ ਲਾਇਆ ਵੀ ਮੈਨੂੰ ਮਿਲ ਕੇ ਜਾ, ਮੈਂ ਬਿਮਾਰ ਬਹੁਤ ਚੱਲ ਰਿਹਾ। ਸਾਡੀ ਮਾਤਾ ਉਹਨੂੰ ਮਿਲਣ ਗਈ ਆ, ਉਹਨੇ ਵੇਖਿਆ ਹਾਲਤ, ਉਹਨੇ ਕਿਹਾ ਮੈਨੂੰ ਬਚਾ ਲਓ ਮੰਮੀ, ਮੈਂ ਇੱਥੋਂ ਮੈਂ ਬਿਮਾਰ ਹਾਂ, ਮੇਰਾ ਇਲਾਜ ਨਹੀਂ ਕਰ ਲਏ, ਜੇ ਦਵਾਈ ਦਾ ਨਾਂ ਲੈਣਾ ਤਾਂ ਸਵੇਰੇ ਦੇਖ ਰਹੀ ਉੱਥੇ ਦੀ ਹੈਗੀ ਹੈ ਮੈਡੀਕਲੀ ਧੱਕੇ ਮਾਰ ਕੇ ਹਸਪਤਾਲ 'ਚ ਬਾਹਰ ਕੱਢ ਦਿੰਦੀ ਹੈ। ਕੋਈ ਦਵਾਈ ਨਹੀਂ, ਇੱਕੋ ਦਵਾਈ ਗੋਲੀ ਦਿੰਦੇ ਆ, ਭਾਵੇਂ ਸਿਰ ਪੀੜ ਹੋਵੇ, ਭਾਵੇਂ ਬੁਖਾਰ ਹੋਵੇ, ਜਾਂ ਢਿੱਡ ਪੀੜ ਹੋਵੇ, ਇੱਕ ਹੀ ਗੋਲੀ ਦਿੰਦੇ ਆ ਸਿਰਫ ਉਹ ਨਸ਼ੇ ਵਾਲੀ ਬੰਦੇ ਨੂੰ ਮਾਰਨ ਵਾਸਤੇ। ਇਹ ਉਹ ਤੋਂ ਬਾਅਦ ਇਹਨਾਂ ਹਸਪਤਾਲ ਲੈਂਦਾ, ਬਾਹਰ ਲਿਆਂਦਾ ਅਤੇ ਉਹਦਾ 8 ਦਿਨ ਇੱਥੇ ਰੱਖਿਆ ਹੈ। ਜੱਜ ਦੇ ਦਰਖਾਸਤ ਦੇ ਕੇ ਜੱਜ ਨੇ ਸੈਸ਼ਨ ਜੱਜ ਦੀ ਮਨਜ਼ੂਰੀ ਦੇ ਨਾਲ ਬਾਹਰ ਇਹਨਾਂ ਲਿਆਂਦਾ ਹੈ। ਕਿੰਨੀ ਉਮਰ ਹੈ ਮੁੰਡੇ ਦੀ? ਮੁੰਡੇ ਦੀ ਉਮਰ 20 ਸਾਲ ਹੈ। ਮੁੰਡੇ ਦੀ ਉਮਰ 30 ਸਾਲ ਹੈ ਜੀ। ਅੱਜ ਹੋਈ ਹੈ ਗੱਲ, ਮੇਰੇ ਮੁੰਡੇ ਨੂੰ 11 ਤਰੀਕ ਨੂੰ ਲਿਆਂਦਾ ਨੇ ਪੇਸ਼ੀ 'ਤੇ। ਮੁੰਡੇ ਦੀ ਹਾਲਾਤ ਵੇਖ ਕੇ ਪਹਿਲਾਂ ਮੈਂ ਦਰਖਾਸਤਾਂ ਲਾਉਂਦੀ ਰਹਿੰਦਾ, ਫੋਨ ਸੁਣ ਕੇ ਮੈਨੂੰ ਫੋਨ 'ਚ ਦੱਸਦਾ ਰਿਹਾ ਵੀ ਮੇਰੀ ਮੌਤ ਹੋ ਜਾਣੀ ਹੈ, ਮੈਨੂੰ ਇਲਾਜ ਨਹੀਂ ਲੱਗ ਰਿਹਾ। ਸੁਪਰਡੈਂਟ ਦੇ ਗਿਆ, ਸੁਪਰਡੈਂਟ ਨੇ ਮੈਨੂੰ ਥੱਪੜ ਮਾਰਤੇ, ਧੱਕੇ ਮਾਰਤੇ, ਬੈਰਕ ਨੂੰ ਭੇਜ ਦਿੱਤਾ ਹੈ। ਮੈਂ ਬੈਰਕ 'ਚ ਪਹੁੰਚ ਚੁੱਕਾ ਹਾਂ ਅਤੇ ਹੁਣ ਜਿਵੇਂ ਕਿ ਜਾਣੀ ਮੈਨੂੰ ਸਾਹ ਵਾਲਾ ਪੰਪ ਲਿਆ ਕੇ ਦੇ ਅਤੇ ਮੈਨੂੰ ਸਾਹ ਸੌਖਾ ਆ ਜਾਵੇ। ਉੱਪਰ ਛਲਾਂ ਕਰ ਕਰਕੇ ਮੇਰੇ ਪੇਟ ਦੇ ਵਿੱਚ ਬੜੀਆਂ ਤਕਲੀਫਾਂ ਹੋਈ ਜਾਂਦੀਆਂ ਨੇ। ਮੈਂ ਸਾਹ ਵਾਲਾ ਪੰਪ ਲੈ ਕੇ ਜੱਜ ਦੇ ਪੇਸ਼ ਕੀਤਾ, ਜੱਜ ਸਾਹਿਬ ਜੀ ਆ ਮੇਰੇ ਬੱਚੇ ਨੂੰ ਦੇ ਦਿਓ ਪੰਪ। ਜੱਜ ਸਾਹਿਬ ਕਹਿੰਦਾ ਵੀ ਮਾਤਾ ਬੀਬੀ ਤੂੰ ਉੱਥੇ ਜਾ ਕੇ ਦੇ ਕੇ ਆ। ਉੱਥੇ ਜਾ ਕੇ ਅਸੀਂ ਦੇ ਕੇ ਆਏ, 12 ਤਰੀਕ ਨੂੰ ਅੱਜ ਤੱਕ ਮੇਰੇ ਮੁੰਡੇ ਨੂੰ ਨਹੀਂ ਮਿਲਿਆ। ਦਵਾਈ ਅਜੇ ਮੇਰੇ ਘਰ ਪਈ ਹੈ, ਜੇਲ੍ਹ ਵਾਲਿਆਂ ਨੇ ਨਹੀਂ ਜਮ੍ਹਾਂ ਕੀਤੀ, ਵਾਪਸ ਦੇ ਦਿੱਤੀ ਹੈ। ਕਿੰਨੀ ਉਮਰ ਤੁਹਾਡੇ ਮੁੰਡੇ ਦੀ? 30 ਸਾਲ ਆ ਉਮਰ ਉਹਦੀ। ਬਸ ਉਹਦਾ ਸੁਪਰਡੈਂਟ ਦਾ ਇਲਾਜ ਨਹੀਂ ਹੋਇਆ, ਇਲਾਜ ਖਾਤਰ ਮੇਰਾ ਪੁੱਤ ਗਿਆ ਹੈ। ਇਹਨੂੰ ਟੈਨਸ਼ਨ ਸੀ ਵੀ ਮੇਰੀ ਜ਼ਮਾਨਤ ਨਹੀਂ ਹੁੰਦੀ ਪਈ, ਟੈਨਸ਼ਨ ਨਾਲ ਰੋਟੀ ਪਾਣੀ ਕੱਢਦਾ ਗਿਆ, ਉੱਪਰ ਛਾਲਾਂ ਲੱਗਦੀਆਂ ਗਈਆਂ, ਮੀਨਾ ਉੱਪਰ ਛਾਲੀ ਕਰਦਾ ਰਿਹਾ ਹੈ, ਪੇਟ 'ਤੇ ਸਾਰਾ ਸੋਜ ਪੈ ਗਈ ਸੀ। ਦੇਵ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਤੋਂ। ਇਹ ਮੁੰਡਾ ਜਿਹੜਾ ਸੀਗਾ ਇੱਥੇ ਹੋਸਪਿਟਲ ਸਾਡੇ ਕੋਲ ਦਾਖਲ ਸੀਗਾ ਜੇਲ੍ਹ ਦੇ ਵਿੱਚ, ਕਾਫੀ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ। ਅਤੇ ਇਹਦਾ ਸੀਗਾ ਨਾਮ ਮਲਕੀਤ ਸਿੰਘ ਧਾਮੀ, ਕਸ਼ਮੀਰ ਸਿੰਘ ਦਾ, ਵਾਸੀ ਨਵਾਂ ਰਾਜਾਪੁਰ, ਥਾਣਾ ਲਾਡੋਵਾਲ, ਜ਼ਿਲ੍ਹਾ ਲੁਧਿਆਣਾ। ਅਤੇ ਜਿਹੜਾ ਕਿ ਸਾਡੇ ਕੋਲ 8-10 ਕੇਸਾਂ ਦੇ ਵਿੱਚ ਜੇਲ੍ਹ ਦੇ ਵਿੱਚ ਆਇਆ ਹੋਇਆ ਸੀ। ਅਤੇ ਉਹ ਮੈਡੀਕਲ ਅਫਸਰ ਵੱਲੋਂ ਅੱਜ ਜ਼ਿਆਦਾ ਸੀਰੀਅਸ ਹੋਣ 'ਤੇ ਇਹਨੂੰ ਸਿਵਲ ਹੋਸਪਿਟਲ ਰੈਫਰ ਕੀਤਾ ਗਿਆ ਅਤੇ ਉੱਥੇ ਆ ਕੇ ਇਹਦੀ ਜਿਹੜੀ ਹੈ ਅੱਜ ਹੋਸਪਿਟਲ ਵਿੱਚ ਮੌਤ ਹੋ ਗਈ ਸੀ। ਜਿਹਦਾ ਪੋਸਟਮਾਰਟਮ ਅੱਜ ਕਰਾ ਦਿੱਤਾ ਗਿਆ 176 ਸੀ RPSC ਦੇ ਤਹਿਤ, ਜੋ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਉਹਦੇ ਹੁਣ 'ਤੇ ਸਾਰੀ ਕਾਰਵਾਈ ਬਾਅਦ ਵਿੱਚ ਪਤਾ ਲੱਗਾ। ਇਲਾਜ ਉਹਦਾ ਕੰਟੀਨਿਊ ਹੋਸਪਿਟਲ ਵਿੱਚ ਚੱਲ ਰਿਹਾ ਸੀਗਾ ਅਤੇ ਜਿਸ ਨੂੰ ਇੱਥੇ ਹੋਸਪਿਟਲ ਦੇ ਵਿੱਚ ਸਿਵਲ ਹਸਪਤਾਲ ਵਿੱਚ ਵੀ ਵੱਖ ਵੱਖ ਡੇਟਾਂ ਵਿੱਚ ਭੇਜਿਆ ਜਾ ਰਿਹਾ ਸੀ ਅਤੇ ਉਹਦਾ ਵੀ ਸਾਰਾ ਮੈਡੀਕਲ ਅਫਸਰ ਨੇ ਜਿਹੜੇ ਸੈਂਟਰ ਜੇ ਲੁਧਿਆਣਾ ਦੇ ਉਹਨਾਂ ਕੋਲ ਸਾਰਾ ਰਿਕਾਰਡ ਮੌਜੂਦ ਹੈ ਅਤੇ ਇਸ ਕਰਕੇ ਉਹਦੇ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਉਹ ਢਿੱਲ ਨਹੀਂ ਸੀ ਕਿਉਂਕਿ ਉਹਨੂੰ ਇਲਾਜ ਕੰਟੀਨਿਊ ਦਿੱਤਾ ਜਾ ਰਿਹਾ ਸੀ। ਹਾਂ, ਜੱਜ ਸਾਹਿਬ ਦੀ ਹਾਜ਼ਰੀ ਵਿੱਚ ਉਸਦਾ ਪੋਸਟਮਾਰਟਮ ਕੀਤਾ ਗਿਆ, ਸ਼੍ਰੀ ਵਰਨਦੀਪ ਚੋਪੜਾ JMIC ਲੁਧਿਆਣਾ ਜੀ ਦੀ, ਅਤੇ ਉਹਦੇ ਵਿੱਚ ਜੋ ਪੋਸਟਮਾਰਟਮ ਦੀ ਰਿਪੋਰਟ ਹੈ ਉਹ ਆਉਣ 'ਤੇ ਉਹਦਾ ਕਲੀਅਰ ਹੋ ਜਾਵੇਗਾ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।